ਮੈਨੂੰ ਤਾਂ ਇਹ ਖੁਸ਼ੀ ਹੈ ਕਿ ਜੇ ਹਰ ਪਿੰਡ 'ਚ ਗਰੁੱਪ ਬਣ ਜਾਵੇ ਤਾਂ ਸਾਡੇ ਵਰਗਿਆਂ ਦੀ ਲੋੜ ਹੀ ਨਾ ਪਵੇ। ਅਸੀਂ ਲੁਧਿਆਣੇ ਉੱਠ ਕੇ ਆਏ ਹਾਂ ਕਾਹਦੇ ਲਈ? ਉਹਨਾਂ ਨੇ 2 ਲੱਖ ਰੁਪਏ ਦੇ ਕਰੀਬ ਦੇ ਦਿੱਤਾ ਸੀਗਾ, ਬਾਕੀ 170-75 ਹਜ਼ਾਰ ਰੁਪਏ ਕੋਲ ਹੋਰ ਪਿਆ ਵਾ। ਫਿਰ ਇਸ ਤੋਂ ਉੱਤੇ ਦੁਨੀਆ 'ਚ ਕੁਛ ਹੋਰ ਹੋ ਨਹੀਂ ਸਕਦਾ ਵੀ ਜਦੋਂ ਤੁਹਾਡੇ ਦੁਬਾਰਾ ਕਰਾਉਣਾ ਹੋਏ ਅਸੀਂ ਦੁਬਾਰਾ ਫਿਰ ਤੁਹਾਨੂੰ ਦੇਵਾਂਗੇ। ਔਰ ਹਰ ਪਿੰਡ 'ਚੋਂ 50-50, 100-100 ਐਨਆਰ ਆਈ ਗਿਆ, ਜੇ ਉਸ ਪਿੰਡ ਦੇ ਵਿੱਚ ਗਰੁੱਪ ਬਣ ਜਾਵੇ ਔਰ ਲੋੜ ਦੀ ਹੈਲਪ ਹੋਣੀ ਸ਼ੁਰੂ ਹੋ ਜਾਵੇ ਤਾਂ ਕਿੰਨਾ ਫਾਇਦਾ? ਗਰੁੱਪ ਬਣਿਆ ਹੈ ਸਿੰਘ ਸੇਵਾ ਗਰੁੱਪ ਤੋਂ, ਫਿਰ ਇਹ ਵੀ ਜਿਵੇਂ ਪਿੰਡ 'ਚ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਤੇ ਉਸ ਨੂੰ ਫਿਰ ਪੈਸੇ ਇਕੱਠੇ ਕਰਕੇ ਦੇ। ਜੇ ਤੁਹਾਡਾ ਪਿੰਡ ਤੁਹਾਡੀ ਹੈਲਪ ਕਰ ਰਿਹਾ ਫਿਰ ਤਾਂ ਬਹੁਤ ਹੀ ਸ਼ਾਬਾਸ਼ੀ ਵਾਲੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਬੱਚੀ ਦੀ ਮਦਰ ਕਿੱਥੇ ਹੈ? ਤੁਸੀਂ ਮਾਤਾ ਜੀ ਹੋ, ਬੈਠੋ। ਤੁਸੀਂ ਕੀ ਲੱਗਦਾ ਆਂਟੀ ਇਹਨਾਂ ਦੇ? ਅਸੀਂ ਦਾਦੀ ਹਾਂ ਜੀ, ਕੁੜੀ ਹੈ ਦਾਦੀ। ਅਰੇ ਤੁਸੀਂ ਦਾਦੀ ਹੋ, ਦਾਦੀ। ਇਹ ਬੱਚੀ ਮੈਨੂੰ ਆ ਕੇ ਜਦੋਂ ਮਿਲੇ ਸੀਗੇ ਉੱਥੇ ਲੁਧਿਆਣੇ, ਦੋ ਕੀ ਨਾਮ ਇਹਦਾ? ਇਹ ਮੈਨੂੰ ਮਿਲੇ ਸੀ ਲੁਧਿਆਣੇ ਆ ਕੇ, ਉਦੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰਾ ਪਿੱਛਾ ਨਹੀਂ ਛੱਡਣਾ, ਜੇ ਕੋਈ ਦਿੱਕਤ ਆਉਂਦੀ ਮੈਨੂੰ ਦੁਬਾਰਾ ਮਿਲ ਲਓ, 2 ਵਾਰੀ ਮਿਲ ਲਓ, 5 ਵਾਰੀ ਮਿਲ ਲਓ, 10 ਵਾਰੀ ਮਿਲ ਲਓ। ਫਿਰ ਤੁਸੀਂ ਦੁਬਾਰਾ ਕਿਉਂ ਨਹੀਂ ਮਿਲੇ ਮੈਨੂੰ? ਬੱਚੀ ਦਾ ਇੰਨਾ ਦੇਖੋ ਬੁਰਾ ਹਾਲ ਹੋਇਆ ਪਿਆ। ਮੈਂ ਤਾਂ ਅੱਜ ਸਵੇਰੇ ਫੋਟੋ ਦੇਖੀ ਤਾਂ ਹੁਣ ਇਹਨੂੰ ਕਵਰ ਕਰਕੇ ਕਿਉਂ ਨਹੀਂ ਰੱਖਿਆ ਹੋਇਆ ਅੱਖ ਨੂੰ? ਇਹ ਤਾਂ ਕਿਹਾ ਹੋਇਆ ਸੀਗਾ ਹੁਣ ਹੀ ਪੜਿਆ। ਬੇਟਾ ਬੇਟੀ ਹੈ? ਬੇਟੀ ਹੈ। ਬੱਚੇ ਇੱਕੋ ਹੀ ਨੇ ਤੁਹਾਡੀ? ਨਹੀਂ ਬੇਟੀ ਹੈ, ਦੋ ਬੇਟੇ। ਦੋ ਬੇਟੇ, ਇਹ ਬੇਟੀ ਹੈ? ਹਾਂਜੀ। ਟੈਸਟ ਕਿਹੜਾ ਲਿਖਿਆ ਸੀ ਪੀਜੀਆਈ ਨੇ? ਹੁਣ ਸੀਐਮਸੀ ਕੌਣ ਟ੍ਰੀਟਮੈਂਟ ਕਰਵਾ ਰਿਹਾ ਤੁਹਾਡਾ? ਸੀਐਮਸੀ ਪਿੰਡ ਦੇ ਕਿੰਨੇ ਪੈਸੇ ਇਕੱਠੇ ਹੋ ਗਏ ਤੁਹਾਡੇ ਪਿੰਡ ਚੋਂ? ਹੋ ਹੀ ਗਏ 1.5-2 ਲੱਖ। ਤੇ ਲੱਗ ਕਿੰਨੇ ਗਏ? 1.5 ਲੱਖ ਲੱਗ ਗਏ। ਜਿੰਨੇ ਪੈਸੇ ਇਕੱਠੇ ਹੋਏ ਸਾਰੇ ਲੱਗ ਵੀ ਗਏ? ਡਾਕਟਰ ਹੋਰ ਕਿੰਨਾ ਖਰਚਾ ਦੱਸ ਰਹੇ ਨੇ? ਅਜੇ ਤਾਂ ਉਹ ਕਹਿੰਦੇ ਵੀ ਕੁਛ ਨਹੀਂ ਦੱਸਿਆ। ਫਿਰ ਹੁਣ ਕਿੱਦਾਂ ਦੱਸੋ ਤੁਹਾਡੀ ਹੈਲਪ ਕਿੱਦਾਂ ਕਰੀਏ ਅਸੀਂ? ਕੋਈ ਜਿਹੜਾ ਪਿੰਡ 'ਚ ਤੁਹਾਡੀ ਹੈਲਪ ਕਰ ਰਿਹਾ ਕੋਈ ਇੱਕ ਅੱਧਾ ਬੰਦਾ ਮਿਲਵਾ ਦਿਓ ਮੈਨੂੰ, ਕੌਣ ਹੈ? ਜਿਹੜਾ ਜ਼ਿੰਮੇਦਾਰੀ ਜਿਹਨੇ ਚੱਕੀ ਹੋਈ ਸਾਰੇ ਪਿੰਡ 'ਚ ਉਹਨਾਂ ਨਾਲ ਮੇਰੀ ਗੱਲ ਕਰਾ ਦਿਓ ਇੱਕ ਵਾਰੀ, ਉਹਨਾਂ ਨੂੰ ਬੁਲਾਈ ਇੱਥੇ ਨੇੜੇ ਹੀ ਨੇ? ਬੁਲਾ ਲਓ ਉਹਨਾਂ ਨੂੰ। ਕੋਈ ਗੱਲ ਨਹੀਂ। ਹੁਣ ਕੀ ਕਹਿ ਰਹੇ ਨੇ ਡਾਕਟਰ? ਹੁਣ ਕੀ ਕਹਿ ਰਹੇ ਨੇ? ਉਹ ਕਹਿੰਦੇ ਵੀ ਕੀਮੋ ਲੱਗਦੀ ਹੈ ਇਹਦੇ। ਅੱਛਾ, ਕਿੰਨੀਆਂ ਕੀਮੋ ਲੱਗੀਆਂ ਹੁਣ ਤੱਕ? ਇੱਕ ਹੀ ਲੱਗੀ ਹੈ। ਅੱਛਾ, ਹਾਂਜੀ, ਉਹ ਕਹਿੰਦੇ ਕੀਮੋ ਲਾ ਕੇ ਪਹਿਲਾਂ ਇਹਦਾ ਕੰਟਰੋਲ ਕਰਾਂਗੇ। ਕਿੰਨਾ ਖਰਚਾ ਦੱਸਿਆ ਡਾਕਟਰ ਨੇ ਟੋਟਲ? ਹਜੇ ਖਰਚਾ ਨਹੀਂ ਦੱਸਿਆ, ਉਹ ਕਹਿੰਦੇ ਵੀ ਕੋਈ ਨਾ ਤੁਸੀਂ ਕੀਮੋ ਲਾਓ। ਤੇ ਜਾ ਕੌਣ ਰਿਹਾ ਸੀਐਮਸੀ? ਤੁਸੀਂ ਜਾ ਰਹੇ ਹੋ? ਨਾਲ ਕੌਣ ਜਾ ਰਿਹਾ? ਕਿਹੜੇ ਡਾਕਟਰ ਦੇ ਕੋਲ ਚੱਲ ਰਿਹਾ ਟ੍ਰੀਟਮੈਂਟ? ਡਾਕਟਰ ਵਿਸ਼ਾਲ। ਡਾਕਟਰ ਵਿਸ਼ਾਲ, ਹਾਂਜੀ। ਹੁਣ ਕਦੋਂ ਬੁਲਾਇਆ ਉਹਨਾਂ ਨੇ? ਹੁਣ 6 ਤਰੀਕ ਨੂੰ ਜਾਣਾ। 6 ਤਰੀਕ ਨੂੰ ਜਾਣਾ ਹੈ। ਜਿਹੜੇ ਪੈਸੇ ਲੱਗ ਗਏ ਕਦੋਂ ਤੋਂ ਤੁਹਾਡਾ ਟ੍ਰੀਟਮੈਂਟ ਚੱਲ ਰਿਹਾ ਸੀਐਮਸੀ ਤੋਂ? ਸੀਐਮਸੀ 15 ਅਪ੍ਰੈਲ 15 ਅਪ੍ਰੈਲ ਤੋਂ। ਨਹੀਂ, ਤੁਹਾਨੂੰ ਸੀਐਮਸੀ ਜਦੋਂ ਉਹਨਾਂ ਨੇ ਟੈਸਟਾਂ ਲਈ ਮਨਾ ਕੀਤਾ ਤੇ ਤੁਸੀਂ ਮੈਨੂੰ ਕਿਉਂ ਨਹੀਂ ਮਿਲੇ ਦੁਬਾਰਾ? ਫਿਰ ਮੋਹਿਤ ਵੀਰੇ ਨੂੰ ਮਿਲੇ ਸੀਗੇ ਅਸੀਂ। ਨਹੀਂ, ਆਹ ਦੇਖੋ, ਮੈਂ ਆ ਗਰੁੱਪ ਦੇ ਵਿੱਚ ਕੱਲ ਆ ਪੇਸ਼ੈਂਟ ਦੀ ਫੋਟੋ ਪਾਈ, ਤੁਹਾਡਾ ਪੇਸ਼ੈਂਟ ਹੈ ਨਾ? ਹਾਂਜੀ, ਇਹਦੇ। ਦੇਖੋ ਮੈਂ ਕੀ ਬੋਲਿਆ। ਮੈਨੂੰ ਦੱਸਿਓ, ਚੰਡੀਗੜ੍ਹ ਟੀਮ ਮੈਂ ਬੱਚਾ ਤੁਹਾਡੇ ਕੋਲ ਹੈਲਪ ਲੈਣ ਲਈ ਆਇਆ ਸੀ 10-15 ਦਿਨ ਪਹਿਲਾਂ, ਤੇ 2500 ਡਾਕਟਰ ਨੇ ਇਹਨਾਂ ਨੂੰ ਟੈਸਟ ਕੀਤਾ ਸੀਗਾ। ਪੇਸ਼ੈਂਟ ਤਾਂ ਕਹਿ ਰਿਹਾ ਮਨਾ ਕਰਤਾ, ਉਹ ਤਾਂ ਚਲੋ ਗੱਲ ਇਹ ਇਲੋਜੀਕਲ ਆ, ਮਨਾ ਕਿਉਂ ਕਰਨਾ ਤੁਸੀਂ? ਤੇ ਮੈਨੂੰ ਦੱਸਿਓ ਕੀ ਸਟੋਰੀ ਆ, ਕੀ ਲਿਖਿਆ ਉਹਨਾਂ ਨੇ? ਨਹੀਂ ਆਇਆ ਸਾਡੇ ਕੋਲ, ਨਹੀਂ ਗਏ, ਨਾਲੇ ਉਹਨਾਂ ਫੋਨ ਵੀ ਦਿੱਤਾ ਵਾ, ਉਹਨਾਂ ਨੂੰ ਸਾਡੇ ਕੋਲ ਨੰਬਰ ਵੀ। ਇੱਕ ਵਾਰੀ ਬੁਲਾ ਲਓ ਉਹਨਾਂ ਨੂੰ ਇੱਥੇ, ਮੈਂ ਤੁਹਾਡੇ ਮੋਹਰੇ ਫੋਨ ਲਾ ਲੈਣਾ। ਮੋਹਿਤ ਨੂੰ ਮਿਲੇ ਸੀ ਤੁਸੀਂ? ਹਾਂਜੀ, ਮਿਲੇ। ਸੁਬਾ ਉਹ ਕਹਿੰਦੇ ਵੀ ਇਹ ਜਿੱਥੇ ਡਿਊਟੀ ਕਰਦੇ ਆ ਉਹ ਕਹਿੰਦੇ ਤੁਸੀਂ ਕਿੱਥੇ ਲੱਗੇ ਆ? ਕਹਿੰਦੇ ਵੀ ਅਸੀਂ ਹੈਲਥ ਡਿਪਾਰਟਮੈਂਟ 'ਚ। ਉਹਨਾਂ ਨੇ ਗੱਲ ਕਰਵਾਈ, ਉਹਨਾਂ ਨੂੰ ਫੋਨ ਲਾ ਕੇ ਕਹਿੰਦੇ ਵੀ ਤੁਸੀਂ ਇਹਨਾਂ ਦੀ ਹੈਲਪ ਕਰੋ, ਤੁਸੀਂ ਹੈਲਪ ਕਰੋ ਵੀ ਅਸੀਂ। ਫਿਰ ਇਹਨਾਂ ਨੇ ਕਿਹਾ ਕਿ ਜੇ ਤੁਹਾਡੀ ਨਾ ਹੈਲਪ ਕੀਤੀ ਤੁਸੀਂ ਮਾਰਨਿੰਗ ਟਾਈਮ ਮੈਨੂੰ ਫੋਨ ਲਾ ਦਿਓ। ਫਿਰ ਤੁਸੀਂ ਫੋਨ ਲਾਇਆ ਉਹਨਾਂ ਨੂੰ? ਫੋਨ ਲਾਇਆ ਸੁਬਾਹ 7 ਵਜੇ। ਫਿਰ ਕੀ ਕਹਿੰਦੇ? ਮੋਹਿਤ ਵੀਰ ਜੀ ਕਹਿੰਦੇ ਤੁਸੀਂ ਤਾਂ ਮੈਨੂੰ ਮਿਲੇ ਹੀ ਨਹੀਂਗੇ, ਤੁਹਾਡੇ ਨਾਲ ਕਨੈਕਟ ਹੀ ਨਹੀਂ ਹੋਇਆ। ਫਿਰ ਅਸੀਂ ਕਿਹਾ ਵੀ ਕਹਿੰਦੇ ਮੇਨ ਗੱਲ ਇਹਦਾ ਵੀ ਪੀਜੀਆਈ 'ਚ ਕਹਿੰਦੇ ਇੰਨਾ ਟੈਸਟ ਮਹਿੰਗਾ ਹੁੰਦਾ ਨਹੀਂਗਾ ਕੋਈ। ਹਾਂ, ਕਿੰਨੇ ਦਾ ਟੈਸਟ ਦੱਸਿਆ ਸੀ ਪੀਜੀਆਈ ਨੇ? ਟੈਸਟ 2650 ਦਾ ਸੀਤਾ ਪਈ ਹੈ ਸਾਡੇ ਕੋਲੇ, ਰੀੜ ਦੀ ਹੱਡੀ ਦਾ ਟੈਸਟ। ਕਿੱਥੇ ਲਿਖਿਆ ਜਿਹੜਾ ਪੀਜੀਆਈ ਵਾਲਾ ਉਹ ਦਿਖਾਇਓ। ਹਾਂਜੀ, ਤੁਹਾਨੂੰ ਪਰਚੀ ਦਿਖਾਓ। ਮੋਹਿਤ ਵੀਰੇ ਕੀ ਹਾਲ ਹੈ? ਵਧੀਆ ਭਾਜੀ, ਵਧੀਆ। ਬਾਕੀ ਰੁਪਏ 2 ਮਿੰਟ ਫ੍ਰੀ ਹੋ? ਹਾਂਜੀ। ਮੈਂ ਨਾ ਉਹ ਬੱਚੀ ਦੇ ਘਰ ਆਇਆ ਜਿਹਦੀ ਅੱਖ ਦੇ ਵਿੱਚ ਕੈਂਸਰ ਨਹੀਂ ਸੀਗਾ, ਅੱਖ ਸੁੱਜੀ ਪਈ ਸੀ ਸਾਰੀ। ਅਗਮਪ੍ਰੀਤ, ਇਹ ਤੁਹਾਨੂੰ 2-3 ਵਾਰੀ ਮਿਲਿਆ, ਕਹਿੰਦੇ ਸਾਨੂੰ ਪੀਜੀਆਈ ਟੈਸਟ ਹੋਇਆ ਸੀਗਾ, ਸਾਨੂੰ ਮੋਹਿਤ ਲਿਖਿਆ ਸੀ, ਪੀਜੀਆਈ ਦੀ ਪਰਚੀ ਇਹਨਾਂ ਦੇ ਹੱਥ 'ਚ ਹੈਗੀ ਹੈ। ਇਹ ਫੋਟੋ ਵੀ ਭੇਜੇ ਸੀ ਤੁਹਾਨੂੰ। ਗੋਲ ਮਾਰਕੀਟ ਮਿਲੇ? ਗੋਲ ਮਾਰਕੀਟ ਮਿਲੇ ਤੁਹਾਨੂੰ? ਆ ਗੱਲ ਕਰੋ ਇਹਨਾਂ ਨਾਲ, ਸਮਝੋ ਕੌਣ ਹੈ ਪੇਸ਼ੈਂਟ, ਗੱਲ ਕਰੋ, ਦੱਸੋ। ਹੈਲੋ, ਹੈਲੋ ਵਿਜੇ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਅਗਮਪ੍ਰੀਤ ਦੇ ਪਾਪਾ ਬੋਲ ਰਹੇ ਹੈ। ਠੀਕ ਹੈ, ਅਗਮਪ੍ਰੀਤ ਦੇ ਪਾਪਾ ਬੋਲ ਰਹੇ ਹੈ। ਹਾਂਜੀ ਬੋਲੋ। ਹਾਂਜੀ, ਅਸੀਂ ਤੁਹਾਨੂੰ ਮਿਲੇ ਸੀਗੇ ਗੋਲ ਮਾਰਕੀਟ 'ਚ। ਕਦੋਂ ਦੀ ਗੱਲ ਹੈ? 28 ਅਪ੍ਰੈਲ ਦੀ। 28 ਅਪ੍ਰੈਲ ਦੀ ਹੈ ਜੀ। ਤੁਸੀਂ 28 ਅਪ੍ਰੈਲ ਨੂੰ ਪੇਸ਼ੈਂਟ ਦੇ ਨਾਲ ਕਿਹਾ?
हाँ जी हाँ जी सुनो अभी असि रिपोर्टा भी दिखाईया टेस्ट भी दिखाए भी कि रिपोर्टा आनी कि टेस्ट होने मॉर्निंग फोन करे पहला करके मोहित जो मिले की गल हुई जो लास्ट वारी मिले फिर मॉर्निंग मिले ਮਾਰਨਿੰਗ ਫੋਨ ਕੀਤਾ ਸੀ ਫੋਨ ਕੀਤਾ ਸੀਗਾ ਫਿਰ ਕੀ ਕਹਿੰਦੇ ਇਹ ਬੇਜੀ ਕਹਿੰਦੇ ਵੀ ਇੰਨਾ ਖਰਚਾ ਆਈ ਨਹੀਂ ਰਿਹਾ ਇਹ ਕਹਿੰਦੇ ਵੀ ਤੁਹਾਡੇ ਕੋਲ ਹੈਗੇ ਤਾਂ ਲਾ ਲਓ ਕਿੰਨਾ ਖਰਚਾ ਮੰਗਿਆ ਸੀ ਪੀਜੀਆਈ ਨੇ ਉਹਨਾਂ ਨੇ ਟੈਸਟਾਂ ਦਾ ਕਿਹਾ ਸੀ ਕਿੰਨੇ ਉਹ ਕਹਿੰਦੇ ਵੀ 5 ਮਤਲਬ ਕਿ 1200-1300 ਦੇ ਟੈਸਟ ਹੈਗੇ ਆ ਠੀਕ ਹੈ ਸਕੈਨਾਂ ਤੇ 2700 ਦਾ ਸਮਾਨ ਕਿਹਾ ਠੀਕ ਹੈ ਇਹ ਬੇਜੀ ਕਹਿੰਦੇ ਵੀ ਤੁਹਾਡੇ ਕੋਲ ਹੈਗੇ ਆ ਤੁਸੀਂ ਕਰਵਾ ਲਓ ਵੀ ਅਸੀਂ ਬਾਅਦ ਵਿੱਚ ਦੇ ਦਿੰਦੇ ਫਿਰ ਅਸੀਂ ਤਾਂ ਤੁਸੀਂ ਕਿਹਾ ਸੀ ਵੀ ਕੁਛ ਨਾ ਤੁਸੀਂ ਤਾਂ ਜਾਣਾ ਲੈ ਕੇ ਨਹੀਂ ਗਏ ਸੀ ਉਸ ਹਿਸਾਬ ਨਾਲ 2000 ਰੁਪਏ ਨਹੀਂ ਉਹ ਕੋਈ ਫੋਨ ਦੀ ਕੋਈ ਰਿਕਾਰਡਿੰਗ ਹੋਊਗੀ ਜੇ ਇਹਨੇ ਰਿਕਾਰਡਿੰਗ ਨਹੀਂ ਕੀਤੀ ਸਾਡੇ ਨਾਲ ਇਹ ਮੋਹਿਤ ਇਹ ਗੱਲ ਕਹਿ ਨਹੀਂ ਸਕਦਾ ਕਿ ਤੁਸੀਂ ਨੰਬਰ ਦੀ ਗੱਲ ਹੋਈ ਹੈ ਕਿਹੜੇ ਨੰਬਰ ਦੇ ਵਾਲੇ ਹੈ 73 ਵਾਲੇ ਦੇ ਕਿਹਦੇ ਦਾ 73 ਵਾਲਾ ਨੰਬਰ 70913 ਹਾਂ दीदी मोहित मोहित नंबर जीरो जीरो तरवंजा मैं क्लीयर करो स्टोरी की मैं घर आया हो क्यों नहीं इन्हों की हेल्प हुई यार कि कहता उन्होंने कि पैसे बाद चो ले लियो तुम साडे कोल तुम अपने कोलो ला लो सब तो एंड वाले नंबर की गल हुई थी नहीं जो उन्हें इन्नी गल कहती कि तुम पैसे कोलो ला लो फिर तुम मैनू क्यों नहीं मिले मैं कद लिए बैठा लुधियाने रिपोर्टा भेजिया दिखाओ नहीं नहीं भेने भेजिया कि कितने भेजिया हुई कितने मोहित वीरे नहीं मोहित भेजिया किंबर से मैं तुम्हें इन्हों का नंबर भेज रहा जो नंबर उन्होंने भेजिया मैंने डिटेल दियो पूरी इस पेशेंट की क्यों आप इन्ना इग्नोर करता इस पेशेंट भेज रहे कई बार की होंगे साढ़े को पेशेंट का रश बहुत ज्यादा तो अभी भी जान के नहीं करते मरीज ज्यादा होने करके कई बार जो अभी बंदे सारे अभी कोई तनखावे तो है नहीं सेवा तो ही हाँ तो सानू होंगे कि तुम्हारी जी बच्ची है कंजक है तो यह इन्ना बुरा हाल जो पैसा करके हो तो साढ़े लिए शर्म वाली गल अज कि भाजी पहुंचे साढ़े तक दोबारा फिर हम अगे कौन जिम्मेदारी चक रहा है ਬਾਕੀ 170-75 ਹਜ਼ਾਰ ਰੁਪਏ ਕੋਲ ਹੋਰ ਪਿਆ ਵਾ ਅੱਛਾ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਇਹ ਵਰਤ ਲਓ ਵੀ ਜਦੋਂ ਤੁਹਾਡੇ ਦੁਬਾਰਾ ਕਰਾਉਣਾ ਹੋਏ ਅਸੀਂ ਦੁਬਾਰਾ ਫਿਰ ਤੁਹਾਨੂੰ ਦੇ ਦਾਂਗੇ ਫਿਰ ਸਾਡੀ ਲੋੜ ਤਾਂ ਨਹੀਂ ਫਿਲਹਾਲ ਹਲੇ
ਜੇ ਹੈਲਪ ਕਰ ਤੁਸੀਂ ਉਹ ਨਹੀਂ ਸਾਡਾ ਪਤਾ ਅਸੀਂ ਨਾ ਅਸੀਂ ਨਾ ਦੇਖੋ ਸਾਡੀ ਪ੍ਰੋਬਲਮ ਕੀ ਹੈ ਅਸੀਂ ਜਦੋਂ ਵੀਡੀਓ ਪਾਉਂਦੇ ਹਾਂ ਨਾ ਉਸੇ ਉਸ ਮਰੀਜ਼ ਦੀ ਜ਼ਿੰਮੇਦਾਰੀ ਸਾਰੀ ਚੱਕਦੇ ਹਾਂ ਅਸੀਂ ਉਹਨਾਂ ਚੋਂ ਨਹੀਂ ਹੈਗੇ ਵੀਡੀਓ ਪਾਤੀ 5000 ਰੁ
ਗੱਲ ਫੋਨ ਤੇ ਨਹੀਂ ਪਤਾ ਸੀ ਮੈਨੂੰ ਇਹ ਨਹੀਂ ਪਤਾ ਸੀ ਕਿ ਤੁਹਾਡਾ ਪਿੰਡ ਹੈਲਪ ਕਰ ਰਿਹਾ ਜੇ ਮੈਨੂੰ ਪਤਾ ਹੁੰਦਾ ਪਿੰਡ ਤੁਹਾਡਾ ਹੈਲਪ ਕਰ ਰਿਹਾ ਤੁਸੀਂ ਕੀ ਲੱਗਦੇ ਉਹਨਾਂ ਦੇ ਮੇਰੇ ਬ੍ਰਦਰ ਹੀ ਅੱਛਾ ਬ੍ਰਦਰ ਹੋ ਤੁਸੀਂ ਕੀ ਕਰੋ ਮੇਰਾ ਨੰਬਰ ਰੱਖ ਲਓ ਦੇਖੋ ਟ੍ਰੀਟਮੈਂਟ ਜਿਹੜੀ ਸਾਡੀ ਐਨ ਜੀ ਓ 'ਚ ਟ੍ਰੀਟਮੈਂਟ ਚੱਲਦਾ ਨਾ ਉਹ ਸੀ ਐਮ ਸੀ ਓ ਤਾਂ ਅਸੀਂ ਨਹੀਂ ਚਲਵਾ ਸਕਦੇ ਕਿਉਂਕਿ ਤੁਸੀਂ ਦੇਖੋ 10 ਦਿਨਾਂ 'ਚ ਬੱਚੇ 'ਤੇ 1.5 ਲੱਖ ਲੱਗ ਗਿਆ ਅਤੇ ਸਾਡੇ ਕੋਲ ਇੱਦਾਂ ਦੇ ਜੇ 50 ਬੱਚੇ ਨੇ ਤਾਂ ਇੰਨਾ ਰੁਪਈਆ ਸਾਡੇ ਕੋਲ ਨਹੀਂ ਹੈਗਾ ਡੋਨੇਸ਼ਨ ਘੱਟ ਹੈ ਤਾਂ ਪੀ ਜੀ ਆਈ ਤੋਂ ਟ੍ਰੀਟਮੈਂਟ ਕਰਾਵਾਂਗੇ ਪਰ ਇੱਕ ਚੀਜ਼ ਦੀ ਗਰੰਟੀ ਹੈ ਹੁਣ ਅਗਲੀ ਵਾਰੀ ਕੀ ਕਰਾਂਗੇ ਅਗਲੀ ਵਾਰੀ ਤੁਹਾਨੂੰ ਅਸੀਂ ਪੈਸੇ ਦੇ ਕੇ ਭੇਜਾਂਗੇ ਪੈਸੇ 'ਚ ਪੀ ਜੀ ਆਈ ਜਿੰਨਾ ਖਰਚਾ ਆ ਗਿਆ ਤੁਸੀਂ ਖਰਚ ਲਓ ਰਸੀਦਾਂ ਲੈ ਕੇ ਸਾਨੂੰ ਦਿਖਾ ਦਿਓ ਤੁਹਾਨੂੰ ਫਿਰ ਪੈਸੇ ਦੇ ਦਾਂ ਪੀ ਜੀ ਆਈ ਖੜੇ ਪੈਰ ਵੀ ਤੁਹਾਨੂੰ 2 ਲੱਖ ਰੁਪਏ ਪੀ ਜੀ ਆਈ ਨੇ ਮੰਗ ਲਿਆ ਤਾਂ ਮੈਂ ਆਪਣਾ ਪਰਸਨਲ ਨੰਬਰ ਦਊਂਗਾ ਮੈਨੂੰ ਫੋਨ ਕਰ ਦਿਓ 5 ਮਿੰਟ 'ਚ ਉੱਥੇ ਪੈਸੇ ਪਹੁੰਚਣਗੇ ਇਹ ਵੀਡੀਓ ਬਣ ਰਹੀ ਹੈ ਰਿਕਾਰਡ ਦੇ ਲਈ ਰੱਖ ਰਿਹਾ ਮੈਂ ਕਿ ਮੈਂ ਇੰਨੀ ਵੱਡੀ ਗੱਲ ਤੁਹਾਡੇ ਨਾਲ ਵੀਡੀਓ ਦਾ ਮਤਲਬ ਹੁੰਦਾ ਹੁੰਦਾ ਕਿ ਤੁਹਾਡੀ ਮੇਰੀ ਕੋਈ ਗੱਲ ਝੂਠ ਨਾ ਹੋਵੇ ਜਿਵੇਂ ਮੈਂ ਤੁਹਾਨੂੰ ਵੀਡੀਓ ਬੰਦ ਕਰਕੇ ਕਹਿ ਦਾਂ ਮੈਂ ਤੁਹਾਨੂੰ 10 ਲੱਖ ਰੁਪਏ ਦੇ ਦੂੰਗਾ ਵੀਡੀਓ 'ਚ ਮੈਂ ਕਹਾਂ ਮੈਂ ਦਿਆ ਆ ਹੁਣ ਮੈਂ ਇਹ ਵੀਡੀਓ 'ਚ ਕਹਿ ਰਿਹਾ ਕਿ ਪੀ ਜੀ ਆਈ ਜੇ ਤੁਸੀਂ ਆਪਣੇ ਬੱਚੇ ਦਾ ਟ੍ਰੀਟਮੈਂਟ ਕਰਾਇਆ ਬੱਚੇ ਜਦੋਂ ਤੱਕ ਠੀਕ ਨਹੀਂ ਹੁੰਦਾ ਤੁਹਾਡਾ ਸਾਰਾ ਖਰਚਾ ਅਸੀਂ ਕਰਾਂਗੇ 2 ਲੱਖ ਲੱਗੇ 5 ਲੱਖ ਲੱਗੇ ਤੇ ਜੇ ਤੁਸੀਂ ਸੀ ਐਮ ਸੀ ਵੀ ਕਰਾਉਣਾ ਫਿਰ ਸਾਡੇ ਲਈ ਮੁਸ਼ਕਲ ਹੈ ਕਿਉਂਕਿ ਉੱਥੇ ਪੈਸਾ ਬਹੁਤ ਪਾਣੀ ਵਾਂਗੂ ਲੱਗਦਾ ਤੇ ਇੰਨਾ ਰੁਪਈਆ ਨਹੀਂ ਸਾਡੇ ਕੋਲ ਹੈਗਾ ਪਰ ਇਸ ਬੱਚੀ ਦਾ ਨਾ ਇਸ ਬੱਚੀ ਦਾ ਬੈਸਟ ਟ੍ਰੀਟਮੈਂਟ ਪੀ ਜੀ ਆਈ 'ਚ ਹੀ ਹੋਣਾ ਜਿਹੜਾ ਭੈਣੇ ਪੀ ਜੀ ਆਈ ਹੈ ਨਾ ਪੀ ਜੀ ਆਈ ਦੇ ਵਿੱਚ ਵੱਡੇ ਵੱਡੇ ਲੀਡਰ ਮੰਤਰੀ ਸਿੱਧੂ ਮੂਸੇ ਵਾਲਾ ਪਤਾ ਉਹਦੇ ਪਾਪਾ ਦੇ ਹਾਰਟ ਦਾ ਇਲਾਜ ਪੀ ਜੀ ਆਈ ਦੇ ਵਿੱਚ ਹੋਇਆ ਸੀ ਬਾਦਲ ਸਾਹਿਬ ਪਤਾ ਜਿਹੜੇ ਹੁਣ ਪੂਰੇ ਹੋਏ ਨੇ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦਾ ਇਲਾਜ ਵੀ ਉੱਥੋਂ ਹੋਇਆ ਸੀ ਇਹ ਕਿਉਂ ਹੁੰਦਾ ਕਿਉਂਕਿ ਉੱਥੇ ਦੇ ਡਾਕਟਰ ਬਹੁਤ ਮਾਹਿਰ ਨੇ ਬਸ ਦਿੱਕਤ ਇਹ ਹੈ ਕਿ ਉਹਨਾਂ ਕੋਲ ਰਸ਼ ਬਹੁਤ ਜ਼ਿਆਦਾ ਵੀਰ ਜੀ ਆਹੀ ਤੁਹਾਨੂੰ ਦੱਸਣ ਲੱਗਿਆ ਸੀ ਗੱਲ ਜੀ ਅਸੀਂ ਪਹਿਲਾਂ 5 ਦਿਨ ਗਏ ਅੱਜ ਇੱਕ ਟੈਸਟ ਕਰ ਲਿਆ ਪਰਸੋਂ ਨੂੰ ਆਏ ਦੂਸਰਾ ਟੈਸਟ ਕਰਵਾਉਣ ਉਹ ਤੋਂ ਬਾਅਦ ਗਏ ਉਹ ਡਾਕਟਰ ਨਹੀਂ ਸਾਨੂੰ ਕਦੇ ਮਿਲਿਆ ਗਾ ਜੀ ਤਕਰੀਬਨ ਅਸੀਂ ਯਕੀਨ ਮੰਨੋਗੇ ਗੱਲ ਇੱਕ ਮਹੀਨਾ ਲਗਾਤਾਰ ਖੱਜਾ ਖਰਾਬ ਹੋ ਗਿਆ ਹਫ਼ਤਾ ਲਗਾ ਹਫ਼ਤੇ ਬਾਅਦ ਡਾਕਟਰ ਆਊਗਾ ਹਫ਼ਤੇ ਬਾਅਦ ਚੱਲ ਦਿੱਕਤ ਹੁੰਦਾ ਕਿ ਜਿਹੜਾ ਦੇਖੋ ਪ੍ਰਾਈਵੇਟ ਹੋਸਪਿਟਲ ਅਤੇ ਸਰਕਾਰੀ ਹੋਸਪਿਟਲ 'ਚ ਇੱਕ ਫਰਕ ਹੈ ਸਰਕਾਰੀ ਹੋਸਪਿਟਲ 'ਚ ਇਲਾਜ ਸਿਰਫ ਉਸ ਮਰੀਜ਼ ਦਾ ਹੁੰਦਾ ਜਿਹਦਾ ਇਲਾਜ ਹੋਣ ਵਾਲਾ ਹੈਗਾ ਪਰ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਹਰ ਬੰਦੇ ਦਾ ਇਲਾਜ ਹੋ ਸਕਦਾ ਕਾਰਨ ਕਿਉਂਕਿ ਪ੍ਰਾਈਵੇਟ ਹੋਸਪਿਟਲ ਨੂੰ ਚਾਹੀਦਾ ਪੈਸਾ ਉਹ ਇਹ ਦੇਖਦਾ ਕਿ ਤੁਹਾਡੇ ਕੋਲ ਜੇਬ 'ਚ ਪੈਸਾ ਕਿੰਨਾ ਜੇ ਤੁਹਾਡੀ ਜੇਬ 'ਚ ਪੈਸਾ ਹੈ ਉਹਨਾਂ ਕੋਲ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਪਰ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਔਰ ਤੁਹਾਡੇ ਕੋਲ ਬਿਮਾਰੀ ਦਾ ਇਲਾਜ ਹੈਗਾ ਵੀ ਉਹਨਾਂ ਕੋਲ ਉਹਨਾਂ ਨੇ ਫਿਰ ਵੀ ਨਹੀਂ ਕਰਨਾ ਪਰ ਪੀ ਜੀ ਦੇ ਵਿੱਚ ਇੱਦਾਂ ਨਹੀਂ ਹੈ ਹੁਣ ਤੁਸੀਂ ਦੇਖੋ ਪੜ੍ਹੇ ਲਿਖਿਓ ਮੈਂ ਤੁਹਾਨੂੰ ਆਪਣਾ ਫੋਨ ਦਿਖਾਉਂਦਾ ਇਹ ਮੇਰਾ ਫੋਨ ਆ ਪਰਸਨਲ ਆਹ ਮੇਰਾ ਵਟਸਐਪ ਹੈ ਜਿਵੇਂ ਤੁਹਾਡਾ ਵਟਸਐਪ ਹੈ ਨਾ ਮੇਰੇ ਵਟਸਐਪ ਦੇ ਵਿੱਚ ਆ ਤੁਸੀਂ ਪੜ੍ਹੇ ਲਿਖੇ ਹੋ ਮੇਰੇ ਵਟਸਐਪ ਦੇ ਵਿੱਚ ਜਿੰਨੇ ਗਰੁੱਪ ਨੇ ਆਹ ਚੰਡੀਗੜ੍ਹ ਦਾ ਗਰੁੱਪ ਹੈ ਆਹ ਚੰਡੀਗੜ੍ਹ ਦਾ ਗਰੁੱਪ ਹੈ ਆਹ ਕਿੰਨੀ ਦਵਾਈ ਆ ਰਹੀ ਰੋਜ਼ ਮਰੀਜ਼ਾਂ ਦੀ ਆਹ ਪੇਸ਼ੈਂਟ ਦੀ ਫੋਟੋ ਪੇਸ਼ੈਂਟ ਦੇ ਅਟੈਂਡੈਂਟ ਦੀ ਆਹ ਦਵਾਈ ਦੀ ਫੋਟੋ ਆਹ ਦਵਾਈ ਦੀ ਫੋਟੋ ਆਹ ਪੇਸ਼ੈਂਟ ਦੇ ਸਾਈਨ ਦਵਾਈ ਦੀ ਫੋਟੋ ਆਹ ਦੇਖੋ ਪੇਸ਼ੈਂਟ ਦੀ ਫੋਟੋ ਇਹ ਸਾਰਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਨਾ ਪੀ ਜੀ ਆਈ ਤੋਂ ਹੀ ਹੋ ਰਿਹਾ ਦੇਖੋ ਇਹ ਸਾਰੀ ਪੀ ਜੀ ਆਈ ਦੀ ਪਰਚੀਆਂ ਦੇਖੋ ਠੀਕ ਹੈ ਹੋਰ ਦਿਖਾ ਦੇਣਾ ਆਹ ਦੇਖੋ ਆਹ ਬਠਿੰਡੇ ਦੀ ਫੋਟੋਆਂ ਬਠਿੰਡੇ ਜਿਹੜੇ ਮਰੀਜ਼ਾਂ ਨੂੰ ਦਵਾਈਆਂ ਆ ਰਹੀਆਂ ਦੇਖੋ ਹੁਣ ਇਹ ਸਾਰੇ ਮੇਰੇ ਕੋਈ ਆਪਣੇ ਨਹੀਂ ਹੈ ਤੁਸੀਂ ਮੇਰੇ ਬਗਾਨੇ ਨਹੀਂ ਹੋ ਇਹ ਤੁਹਾਨੂੰ ਸਿਰਫ ਤੁਹਾਡੀ ਤਸੱਲੀ ਵਾਸਤੇ ਦਿਖਾ ਰਿਹਾ ਦੇਖੋ ਹੁਣ ਆ ਪਟਿਆਲੇ ਸਾਡੀ ਟੀਮ ਹੈ ਆ ਪਟਿਆਲੇ ਦੇ ਵਿੱਚ ਦੇਖੋ ਜਿਹੜੇ ਮਰੀਜ਼ ਨੂੰ ਦਵਾਈ ਜਾ ਰਹੀ ਹੈ ਉਹਨਾਂ ਦੇ ਬਿੱਲ ਫੋਟੋ ਨਾਲ ਆ ਰਹੀ ਹੈ ਦੇਖੋ ਅਮਰੀਤ ਦੀ ਫੋਟੋ ਆ ਗਈ ਅਮਰੀਤ ਨੂੰ ਅਸੀਂ ਕਾਰਡ ਬਣਾ ਕੇ ਦਿੱਤਾ ਜੀ ਤੁਹਾਨੂੰ ਕਾਰਡ ਆ ਗਿਆ ਆਹ ਪੇਸ਼ੈਂਟ ਦਾ ਲਿਖਿਆ ਸਾਰਾ ਡਿਟੇਲ ਇੱਦਾਂ ਹੀ ਸਾਡੀ ਚੰਡੀਗੜ੍ਹ ਦੇ ਵਿੱਚ ਦਵਾਈਆਂ ਆਉਂਦੀਆਂ ਚੰਡੀਗੜ੍ਹ ਜਿੰਨੇ ਮਰੀਜ਼ ਨੇ ਆਹ ਲੁਧਿਆਣੇ ਜਿੰਨੇ ਮਰੀਜ਼ ਨੇ ਉਹਨਾਂ ਦੇ ਸਾਰਿਆਂ ਦਾ ਇੱਕ ਇੱਕ ਮਰੀਜ਼ ਦਾ ਹਿਸਾਬ ਇਹਦੇ ਵਿੱਚ ਆਉਂਦਾ ਕਿ ਆਹ ਪੇਸ਼ੈਂਟ ਨੂੰ ਆਹ ਦਵਾਈਆਂ ਦੀ ਲੋੜ ਹੈ ਆਹ ਦੇ ਦਿਓ ਚੰਡੀਗੜ੍ਹ 'ਚ ਆਹ ਦਵਾਈਆਂ ਦੀ ਲੋੜ ਹੈ ਹੁਣ ਤੁਹਾਡੀ ਮੈਂ ਮਰੀਜ਼ ਦੀ ਜਿਹੜੀ ਗੱਲ ਉਹ ਰਾਤੀ ਕੀਤੀ ਗਰੁੱਪ ਦੇ ਵਿੱਚ ਦੇਖੋ ਕਿੰਨੇ ਵਜੇ ਰਾਤ ਨੂੰ 11 ਵਜੇ ਮੇਰੇ ਕੋਲ ਤੁਹਾਡੇ ਮਰੀਜ਼ ਦੀ ਫੋਟੋ ਆਈ ਹਾਂਜੀ ਆਹ ਦੇਖੋ ਮੈਂ ਆਪਣੇ ਗਰੁੱਪ ਦੇ ਵਿੱਚ ਪਾਈ ਹੈਲਪ ਗਰੁੱਪ ਚੰਡੀਗੜ੍ਹ ਇਹਦੇ ਵਿੱਚ ਮੈਂ ਬੋਲਿਆ ਮੈਨੂੰ ਦੱਸਿਓ ਚੰਡੀਗੜ੍ਹ ਟੀਮ ਮੈਂ ਬੱਚਾ ਤੁਹਾਡੇ ਕੋਲ ਹੈਲਪ ਲੈਣ ਲਈ ਆਇਆ ਸੀ 10-15 ਦਿਨ ਪਹਿਲਾਂ ਅਤੇ 2500 ਦਾ ਡਾਕਟਰ ਨੇ ਇਹਨਾਂ ਨੂੰ ਟੈਸਟ ਕੀਤਾ ਸੀਗਾ ਪੇਸ਼ੈਂਟ ਤਾਂ ਕਹਿ ਰਿਹਾ ਮਨਾ ਕਰਤਾ ਉਹ ਤਾਂ ਚਲੋ ਗੱਲ ਜੇ ਇਲੋਜੀਕਲ ਮਨਾ ਕਿਉਂ ਕਰਨਾ ਤੁਸੀਂ ਅਤੇ ਮੈਨੂੰ ਦੱਸਿਓ ਕੀ ਸਟੋਰੀ ਦੇਖੋ ਕਿ ਮੈਨੂੰ ਵੀ ਰਾਤੀ 11 ਵਜੇ ਇਸ ਬੱਚੇ ਦਾ ਦਰਦ ਹੋਇਆ ਕਿ ਯਾਰ ਪੈਸਿਆਂ ਕਰਕੇ ਨਾ ਰਹਿ ਜਾਵੇ ਕਿਉਂਕਿ ਨਾ ਪੈਸੇ ਮੈਂ ਕੋਲੋਂ ਤਾਂ ਇਸ ਬੱਚੇ 'ਤੇ ਲਾਣੇ ਨਹੀਂ ਦਾਨੀਆਂ ਨਹੀਂ ਲਾਣੇ ਜਿਹੜੇ ਸਾਡੇ ਕੋਲ ਦਾਨੀ ਹੈਗੇ ਨੇ ਉਹ ਆਪ ਨਹੀਂ ਬਰਦਾਸ਼ਤ ਕਰ ਸਕਦੇ ਕਿ ਕੁਛ ਪੈਸਿਆਂ ਕਰਕੇ ਤਾਂ ਇਲਾਜ ਰਹਿ ਜਾਵੇ
ਤੁਸੀਂ ਜਿਵੇਂ ਜੋ ਕਰਨਾ ਤੁਸੀਂ ਪਿੰਡ ਵਾਲਿਆਂ ਨਾਲ ਸਲਾਹ ਕਰ ਲਓ, ਮੇਰਾ ਨੰਬਰ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਮੈਨੂੰ ਲੁਧਿਆਣੇ ਜਦੋਂ ਤੱਕ ਇਸ ਬੱਚੀ ਦਾ ਇਲਾਜ ਨਹੀਂ ਹੁੰਦਾ ਨਾ ਮੇਰਾ ਪਿੱਛਾ ਨਾ ਛੱਡਿਓ। ਠੀਕ ਹੈ, ਇਸ ਬੱਚੀ 'ਤੇ 5 ਲੱਖ ਲੱਗੇ, 50 ਲੱਖ ਲੱਗੇ, ਸਾਡੀ ਜ਼ਿੰਮੇਵਾਰੀ। ਪਰ ਮੈਨੂੰ ਇਸ ਤੁਹਾਡੇ ਪਿੰਡ ਦਾ ਨਾਮ ਕੀ ਹੈ? ਹੇਰਾ। ਅਤੇ ਇਹ ਕਿਹਦੇ ਕੋਲ ਹੈ? ਰੈਕੋਰਡ ਦੇ ਕੋਲ। ਅਤੇ ਤੁਹਾਡੀ ਪਿੰਡ 'ਚ ਕਿੰਨੇ ਅੱਗੇ ਲੱਗ ਕੇ ਪੈਸੇ ਇਕੱਠੇ ਕਰਾਏ ਨੇ, ਕਿਹੜਾ ਬੰਦਾ ਉਹ? ਮੈਨੂੰ ਤਾਂ ਇਹ ਖੁਸ਼ੀ ਹੈ ਕਿ ਜੇ ਹਰ ਪਿੰਡ 'ਚ ਗਰੁੱਪ ਬਣ ਜਾਵੇ ਤਾਂ ਸਾਡੇ ਵਰਗਿਆਂ ਦੀ ਲੋੜ ਹੀ ਨਾ ਪਵੇ। ਅਸੀਂ ਲੁਧਿਆਣੇ ਉੱਠ ਕੇ ਆਏ ਹਾਂ ਕਾਹਦੇ ਲਈ? ਸੋਚੋ, 13,000 ਪਿੰਡ ਆ ਪੰਜਾਬ 'ਚ ਔਰ ਹਰ ਪਿੰਡ 'ਚੋਂ 50-50, 100-100 NRI ਗਿਆ। ਜੇ ਉਸ ਪਿੰਡ ਦੇ ਵਿੱਚ ਗਰੁੱਪ ਬਣ ਜਾਵੇ ਔਰ ਲੋੜ ਦੀ ਹੈਲਪ ਹੋਣੀ ਸ਼ੁਰੂ ਹੋ ਜਾਵੇ ਤਾਂ ਕਿੰਨਾ ਫਾਇਦਾ। ਪਰ ਮੇਰੀ ਇੱਕ ਤੁਸੀਂ ਭਰਾ ਨਾਲ ਤੇ ਸਲਾਹ ਮੰਨੋ ਕਿ ਇਸ ਬੱਚੀ ਦਾ ਟ੍ਰੀਟਮੈਂਟ ਜਿਹੜਾ ਹੋਣ ਵਾਲਾ PGI ਚੰਡੀਗੜ੍ਹ ਤੋਂ ਹੀ ਕਰਾਓ। CMC ਜਾਂ ਜਿਹੜੇ ਵੱਡੇ DMC ਵਰਗੇ ਹੋਸਪਿਟਲ ਨੇ ਨਾ, ਬਹੁਤ ਵੱਡੇ ਖੰਭ ਨੇ, ਇਹਨਾਂ ਨੂੰ ਤਾਂ 50 ਲੱਖ ਰੁਪਏ ਵੀ ਦੇ ਦਿਓ ਉਹ ਵੀ ਘੱਟ ਹੈ। ਹੁਣ ਤੁਹਾਡਾ 1.5 ਲੱਖ ਕਿੰਨੇ ਦਿਨਾਂ 'ਚ ਮੁੱਕ ਗਿਆ? 12 ਦਿਨਾਂ 'ਚ 1.5 ਲੱਖ ਮੁੱਕ ਗਿਆ। ਹੁਣ ਅਗਲਾ 1.5 ਲੱਖ ਕਿੱਥੋਂ ਲਿਆਉਂਗੇ? ਫਿਰ ਅਗਲਾ 1.5 ਲੱਖ ਕਿੱਥੋਂ ਲਿਆਉਂਗੇ? ਪਹਿਲਾਂ 5 ਦਿਨ DMC ਰੱਖੀ ਸੀਗੀ ਜੀ। ਹਾਂ, DMC ਵਾਲਿਆਂ ਨੇ PGI ਲੈ ਲਈ। PGI ਮੈਂ ਬਾਰ ਬਾਰ ਤਾਂ ਕਹਿ ਰਿਹਾ, ਦੇਖੋ ਤੁਸੀਂ ਵੀ ਕੀ ਕੰਮ ਕਰਦੇ ਹੋ? ਤੁਸੀਂ ਤੁਸੀਂ ਕੀ ਕੰਮ ਕਰਦੇ ਹੋ? ਟੂਟੀਆਂ ਦਾ ਕੰਮ ਕਰਦੇ ਹੋ? ਹੁਣ ਟੂਟੀਆਂ ਦਾ ਕੰਮ ਕੌਣ ਬਿਹਤਰ ਤਰੀਕੇ ਨਾਲ ਕਰ ਸਕਦਾ? ਤੁਸੀਂ ਕਿਵੇਂ ਤੁਸੀਂ ਕਰ ਸਕਦੇ? ਤੁਸੀਂ ਕਾਰੀਗਰ ਹੋ। ਉਵੇਂ ਜਿਹੜੀ ਬਿਮਾਰੀਆਂ ਨੇ, ਇਲਾਜ ਨੇ, ਇਹ ਵੱਡੇ ਵੱਡੇ ਇਹ PGI ਮਾਹਰ ਹੈ। PGI ਚੰਡੀਗੜ੍ਹ ਦੇ ਵਿੱਚ ਲੱਖਾਂ ਮਰੀਜ਼ ਉਹ ਦੇਖ ਚੁੱਕਾ ਹੈ। ਹੁਣ ਜਿਹੜਾ ਕਾਰੀਗਰ ਜ਼ਿਆਦਾ ਕੰਮ ਕਰਦਾ ਹੋਏਗਾ, ਲੋਕ ਉਹਨੂੰ ਬੁਲਾਉਣਗੇ ਨਾ, ਯਾਰ ਹੱਥ ਸਾਫ਼ ਹੈ। ਉਵੇਂ ਉਹ ਕਾਰੀਗਰ ਨੇ, ਇਹ ਬੱਚੀ ਦਾ ਟ੍ਰੀਟਮੈਂਟ ਉੱਥੋਂ ਕਰਾਓ ਜਿੰਨਾ। ਦੇਖੋ ਪਰਮਾਤਮਾ ਦੀ, ਦੇਖੋ ਜਿੰਨੇ ਕਹਿੰਦੇ ਸਾਹ ਲਿਖ ਰਹੇ ਨਾ, ਉਹ ਵਾਹਿਗੁਰੂ ਦੇ ਹੱਥੀ ਹੈ। ਪਰ PGI ਦੇ ਵਿੱਚ ਕੀ ਹੋਏਗਾ, ਇੱਕ ਤਾਂ ਪੈਸੇ ਦੀ ਬੱਚਤ ਹੋ ਜਾਏਗੀ। ਜਿਹੜਾ ਪੈਸਾ ਇੱਥੇ 1.5 ਲੱਖ ਰੁਪਏ 12 ਦਿਨਾਂ 'ਚ ਲੱਗ ਗਿਆ, ਉੱਥੇ ਸ਼ਾਇਦ 25 ਦਿਨਾਂ 'ਚ ਨਹੀਂ ਲੱਗਣਾ ਸੀ PGI 'ਚ। ਔਰ ਉਹਨਾਂ ਨੂੰ ਲਾਲਚ ਨਹੀਂ ਹੈਗਾ, PGI ਵਾਲੇ ਲਾਲਚੀ ਨਹੀਂ ਹੈਗੇ। ਸਭ ਫੜਦੇ ਨੇ, ਮੇਰਾ ਟੀਮ ਮੈਂਬਰ 2 ਸਵੇਰੇ 6 ਵਜੇ ਉੱਥੇ ਲਾਈਨ 'ਚ ਲੱਗੇ ਹੁੰਦੇ ਨੇ। ਤੁਸੀਂ ਉਹੀ ਗੱਲ ਨਾ, ਆਪਣੇ 'ਚ ਦਿੱਕਤ ਆ ਗਈ ਗੱਲਬਾਤ ਦੀ, ਤੁਸੀਂ ਮੈਨੂੰ ਦੁਬਾਰਾ ਮਿਲ ਲੈਂਦੇ, ਮੈਨੂੰ ਆ ਕੇ ਗੱਲਾਂ ਦੱਸਦੇ ਉੱਥੇ ਕਿ ਜੇ ਤੁਹਾਡੇ ਟੀਮ ਮੈਂਬਰ ਇੱਦਾਂ ਨਹੀਂ ਸੁਣ ਰਹੇ, ਮੈਂ ਆਪ ਹੀ ਖਿੱਚਦਾ। ਇਹਨਾਂ ਨੇ ਸਾਰੇ ਕਾਲ ਕੀਤੀ ਜੀ। ਹਾਂ, ਰਾਤ ਨੂੰ ਇਹ ਰਹੇ ਉੱਥੇ। ਉਸ ਕਾਰਡ ਦੇ ਉੱਤੇ 2 ਨੰਬਰ ਹੋਰ ਲਿਖੇ ਸੀ, ਔਰ ਜਿਹੜੇ 2 ਨੰਬਰ ਹੋਰ ਲਿਖੇ ਸੀ ਇਹਨਾਂ ਨੂੰ ਨਹੀਂ ਮਿਲੇ? ਨਹੀਂ, ਫਿਰ ਅਸੀਂ ਮੋਹਿਤ ਵੀਰ ਨਾਲ ਗੱਲ ਕੀਤੀ ਸੀ। ਤੁਸੀਂ ਇੱਕ ਵਾਰੀ ਮੈਨੂੰ ਮਿਲ ਲੈਂਦੇ ਨਾ ਲੁਧਿਆਣਾ ਦੁਆਰਾ ਆ ਕੇ, ਮੈਂ ਆਪੇ ਹੀ ਆ ਕੇ ਉਹਨਾਂ ਨਾਲ ਗੱਲ ਕਰਦਾ ਕੀ ਦਿੱਕਤ। ਹੁਣ ਵੀ ਤੁਸੀਂ ਪਿੰਡ ਵਾਲਿਆਂ ਨਾਲ ਆਪਣੇ ਸਲਾਹ ਕਰ ਲਓ, ਜਿਵੇਂ ਵੀ ਤੁਹਾਡਾ ਹੋਇਆ ਉਹ ਹੱਲ ਹੈ। ਪਰ ਮੈਨੂੰ ਤੁਹਾਡੇ ਉਹ ਗਰੁੱਪ ਦੇ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਤੁਹਾਡੇ ਲਈ 1.5-2 ਲੱਖ ਰੁਪਏ ਇਕੱਠਾ ਕੀਤਾ। ਤੁਸੀਂ ਕਰ ਲਓ, ਮੈਂ ਤੁਹਾਨੂੰ, ਮੈਨੂੰ ਪੈੱਨ ਦਿਓ, ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਲਿਖ ਕੇ ਦੇ ਦਿੰਦਾ, ਪੈੱਨ ਕਾਪੀ ਲਿਓ। ਹੁਣ ਤੁਸੀਂ ਅੱਗੇ ਜੋ ਵੀ ਕਰਨਾ ਹੋਇਆ ਮੈਨੂੰ ਦੱਸ ਦਿਓ। ਰੋਂਦੀ ਤਾਂ ਨਹੀਂ ਹੈ? ਆਈ ਬੇਟਾ, ਆ ਜਾ। ਵਾਹਿਗੁਰੂ, ਚਲੋ ਦੇਖੋ ਇਹਦੀ ਨਾ ਸੇਵਾ ਕਰਨਾ ਹੈ, ਤੁਹਾਡਾ ਫਰਜ਼ ਹੈ ਸਾਰਿਆਂ ਦਾ, ਕਿਉਂਕਿ ਇਹਦੇ ਕਰਮ ਕੀ ਮਾੜੇ ਹੋਣ ਜਿਹੜੇ ਇੰਨਾ ਦਰਦ ਭੁਗਤ ਰਹੀ ਹੈ। ਇਹ ਰੱਬ ਨੇ ਪਤਾ ਨਹੀਂ, ਪਰਮਾਤਮਾ ਨੇ ਤੁਹਾਨੂੰ ਸੇਵਾ ਲਈ ਚੁਣਿਆ, ਤਾਂ ਇਹਦੀ ਸੇਵਾ 'ਚ ਕੋਈ ਕਮੀ ਨਾ ਆਵੇ। ਪੈਸਿਆਂ ਦੀ ਕਮੀ ਅਸੀਂ ਨਹੀਂ ਆਉਣ ਦੇਵਾਂਗੇ, ਠੀਕ ਹੈ? ਕੀ ਨਾਮ ਹੈ ਇਹਦਾ? ਅਗਮਪ੍ਰੀਤ। ਚਲੋ ਪਰਮਾਤਮਾ ਤਰੱਕੀ ਦੇਵੇ। ਕੋਈ ਹੋਰ ਵੀ ਤੁਹਾਨੂੰ ਲੋੜ ਹੋਈ ਸਾਨੂੰ ਦੱਸ ਦਿਓ, ਠੀਕ ਹੈ? ਹਾਲੋ, ਮੈਂ ਲਿਖ ਕੇ ਦਿੰਦਾ ਨੰਬਰ। ਤੁਸੀਂ ਨਾ ਜਦੋਂ ਮੈਨੂੰ ਲੁਧਿਆਣੇ ਮਿਲਣ ਆਉਂਦੇ ਹੋ, ਤੁਸੀਂ ਮੇਰੇ ਕੋਲ ਉੱਥੇ ਅੱਗੇ ਕਿਰਾਇਆ ਵੀ ਲੈ ਜਾਇਆ ਕਰੋ, ਕਿ ਤੁਹਾਨੂੰ ਆਉਣ ਜਾਣ 'ਚ ਵੀ ਕੋਈ ਕਿਰਾਏ ਦੀ ਦਿੱਕਤ ਨਹੀਂ, ਮੇਰੇ ਕੋਲ ਪੈਸੇ ਲੈ ਜਾਇਆ ਕਰੋ। ਇਹਦੇ ਉੱਪਰ ਮੈਂ ਆਪਣਾ ਪਰਸਨਲ ਨੰਬਰ ਲਿਖ ਕੇ ਦੇ ਰਿਹਾ। ਆ ਮੇਰਾ ਨੰਬਰ ਹੈ, ਇਹ ਫੋਨ ਮੇਰੇ ਕੋਲ ਹੀ ਹੁੰਦਾ। ਤੁਹਾਨੂੰ ਕੋਈ ਦਿੱਕਤ ਆਈ ਤੁਸੀਂ ਮੈਨੂੰ ਫੋਨ ਕਰ ਦੇਣਾ, ਔਰ ਜੇ PGI ਜਾਣ ਦਾ ਮਨ ਬਣਿਆ ਤੁਹਾਡਾ ਦੁਆਰਾ, ਤਾਂ ਮੈਨੂੰ ਆ ਉੱਤੇ ਫੋਨ ਕਰ ਦਿਓ, ਅਤੇ ਮੈਂ ਤੁਹਾਨੂੰ ਸਾਰਾ ਕਹਿ ਦੂੰਗਾ, ਠੀਕ ਹੈ? ਅਤੇ ਤੁਸੀਂ ਮੈਨੂੰ ਆਪਣੇ ਨੰਬਰ ਤੋਂ ਮੈਨੂੰ ਮਿਸ ਕਾਲ ਵੀ ਕਰ ਦਿਓ, ਵਟਸਐਪ ਵੀ ਕਰ ਦਿਓ, ਠੀਕ ਹੈ? ਹੋਰ ਕੋਈ ਗੱਲਬਾਤ ਕੁਛ ਕਰਨੀ ਹੋਵੇ? ਨਹੀਂ ਨਹੀਂ ਬਸ, ਬਹੁਤ ਧੰਨਵਾਦ। ਮੈਂ ਜਦੋਂ ਰਾਤੀ ਫੋਟੋ ਦੇਖੀ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਿਆ, ਕਿਉਂਕਿ ਸਾਨੂੰ ਰੱਬ ਨੇ ਜੇ ਡਿਊਟੀ ਲਾਈ ਹੈ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਕੋਈ ਦਿੱਕਤ ਨਾ ਆਉਣ ਦਈਏ, ਔਰ ਤੁਸੀਂ ਵਧੀਆ ਹੋ, ਵਿਚਾਰੀ ਦੀ ਇੰਨੀ ਸੇਵਾ ਕਰ ਰਹੇ ਹੋ, ਠੀਕ ਹੈ? ਉਹ ਪਿੰਡ ਵਾਲਿਆਂ ਨੂੰ ਵੀ ਧੰਨਵਾਦ ਕਰੀਓ ਮੇਰੇ ਵੱਲੋਂ, ਔਰ ਜੇ ਕੋਈ ਹੋਰ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦਿਓ, ਠੀਕ ਹੈ? ਮੈਂ ਹੁਣ ਚੱਲਦਾ, ਅਤੇ ਜੇ ਕੋਈ ਲੋੜ ਹੋਈ ਮੈਨੂੰ ਜ਼ਰੂਰ ਦੱਸ ਦਿਓ, ਠੀਕ ਹੈ? ਧੰਨਵਾਦ। ਆਹ ਮੇਰਾ ਨੰਬਰ ਹੈ, ਮੈਨੂੰ ਮਿਸ ਕਾਲ ਕਰ ਦਿਓ। ਆ ਗਈ, ਮੈਂ ਅਗਮ ਦੇ ਨਾਮ ਤੋਂ ਸੇਵ ਕਰ ਰਿਹਾ। ਅਗਮ ਹੈ ਨਾ? ਅਗਮ ਦੇ ਨਾਮ ਤੋਂ ਸੇਵ ਕਰ ਰਿਹਾ, ਅਤੇ ਜਿੱਦਾਂ ਹੀ ਤੁਹਾਡਾ ਮਨ ਬਣਦਾ ਤਾਂ ਮੈਨੂੰ ਤੁਸੀਂ ਫੋਨ ਕਰ ਦਿਓ, ਸਾਡੀ ਆਹ ਸਲਾਹ ਬਣੀ ਹੈ। ਜਾਂ ਮੈਨੂੰ ਲੁਧਿਆਣੇ ਉੱਥੇ ਇੱਕ ਵਾਰੀ ਮਿਲੋ ਸ਼ਾਮੀ, 7-9 ਮੈਂ ਰੋਜ਼ ਮਿਲਦਾ, ਠੀਕ ਹੈ? ਠੀਕ ਹੈ, ਅਗਮ, ਠੀਕ ਹੈ ਭੈਣੇ, ਧੰਨਵਾਦ ਜੀ।